ਅੱਜਕੱਲ੍ਹ ਜਿਹੜਾ ਪਿੰਡ ਹੈਗਾ ਇਸ ਟਾਈਮ ਦੱਪੜ ਟੋਲ ਪਲਾਜ਼ਾ ਤੇ ਖੜੇ ਆ ਇੱਥੇ ਜਿੱਦਾਂ ਆਪਾਂ ਦੱਸਣਾ ਚਾਹੁੰਦੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਹੈਗਾ ਇੱਥੇ ਧਰਨਾ ਲਗਾਇਆ ਗਿਆ ਹੈਗਾ ਔਰ ਸਵੇਰ ਤੋਂ ਹੀ ਜਿਹੜੀਆਂ ਗੱਡੀਆਂ ਜਿਹੜੀਆਂ ਹੈਗੀਆਂ ਟੋਲ ਫ੍ਰੀ ਕੀਤੀਆਂ ਹੋਈਆਂ ਸਾਰੀਆਂ ਔਰ ਇਸ ਸੰਬੰਧੀ ਜਿਹੜਾ ਇਸ ਟਾਈਮ ਐਸਡੀਐਮ ਡੇਰਾਬੱਸੀ ਡੀਐਸਪੀ ਡੇਰਾਬੱਸੀ ਔਰ ਡੇਰਾਬੱਸੀ ਦੇ ਜੋ ਹੈਗੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਇੱਥੇ ਪਹੁੰਚੇ ਹੋਏ ਆ ਉਹਨਾਂ ਵੱਲੋਂ ਜਿਹੜਾ ਕਿਸਾਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਜਿਹੜੀ ਪਾਲਿਸੀ ਹੈਗੀ ਹੈ ਇਸ ਸੰਬੰਧੀ ਸਰਕਾਰ ਦੇ ਨਾਲ ਡਿਸਕਸ ਕਰਕੇ ਸਰਕਾਰ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਸੈਂਟਰ ਸਰਕਾਰ ਨਾਲ ਇਸ ਇੱਕ ਹਫ਼ਤੇ ਦਾ ਵੈਸੇ ਕਿਸਾਨ ਜਥੇਬੰਦੀਆਂ ਕਹਿ ਰਹੇ ਸੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਸ ਦਾ ਜਿਹੜਾ ਹੱਲ ਕੀਤਾ ਜਾਵੇ ਪਰ ਇਹਨਾਂ ਵੱਲੋਂ ਜਿਹੜਾ 10 ਦਿਨ ਦਾ ਟਾਈਮ ਲਿਆ ਗਿਆ ਕਿ 10 ਦਿਨ ਦੇ ਵਿੱਚ ਵਿੱਚ ਇਸ ਸੰਬੰਧੀ ਜਿਹੜੀ ਹੈਗੀ ਆ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ਆਪਾਂ ਦੱਸਣਾ ਚਾਹੁੰਦੇ ਕਿ ਇਸ ਸੰਬੰਧੀ ਜਿਹੜਾ ਹੈਗਾ ਹਲਕਾ ਵਿਧਾਇਕ ਇੱਥੇ ਖੜੇ ਹੈਗੇ ਆ ਔਰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਹੈਗੀ ਪੂਰੀ ਇੱਥੇ ਧਰਨਾ ਲਗਾਇਆ ਗਿਆ ਹੈਗਾ ਪੂਰਾ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਾਂ ਦੇਖ ਸਕਦੇ ਕਿ ਇੱਥੇ ਜਿਹੜਾ ਕਾਫ਼ੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇੱਥੇ ਪਹੁੰਚੇ ਹੋਏ ਹੈਗੇ ਆ ਇਹ ਆ ਜਿਹੜੀਆਂ ਤਸਵੀਰਾਂ ਆਪਾਂ ਤੁਹਾਨੂੰ ਡੇਰਾ ਬੱਸੀ ਜਿਹੜੀ ਦੱਪੜ ਟੋਲ ਪਲਾਜ਼ਾ ਉੱਥੋਂ ਦਿਖਾ ਰਹੇ ਹੈਗੇ ਆਪਾਂ ਦੱਸਣਾ ਚਾਹੁੰਦੇ ਕਿ ਬੱਬੀ ਦਿਨ ਵੀਰ ਕੋ ਕਹਿੰਦੇ ਸਾਰਾ ਰਿਜ਼ੋਲਵ ਕਰਾ ਦਾਂਗੇ ਮਸਲਾ ਜਿਹੜਾ ਹੈਗਾ ਹਫ਼ਤੇ 10 ਦਿਨ ਦੀ ਗੱਲ ਹੈ ਪਰ ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਅਸੀਂ ਸ਼ਾਂਤੀ ਬਣਾ ਕੇ ਰੱਖੀਏ ਕੋਈ ਇਹੋ ਜਿਹਾ ਮਸਲਾ ਜਿਹੜਾ ਹੱਲ ਨਹੀਂ ਹੁੰਦਾ ਜੇ ਹਫ਼ਤੇ ਦੀ 10 ਦਿਨ ਦੀ ਗੱਲ ਹੋਈ ਹੈ ਤਾਂ ਮੈਨੂੰ ਉਮੀਦ ਹੈ ਕਿ ਜਿਹੜਾ ਸਾਰਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਟੋਲ ਪਲਾਜ਼ੇ ਵਾਲਾ ਜਿਹੜੇ ਅਧਿਕਾਰੀਆਂ ਨੇ ਭਰੋਸਾ ਦਵਾਇਆ ਵੀ ਆਪਣੀ ਗੱਲ ਤੇ ਖਰੇ ਉਤਰਨਗੇ ਇਹ ਲੱਗਦਾ ਕਿਤੇ ਕਿਤੇ ਧੱਕੇਸ਼ਾਹੀ ਕਰਦੇ ਆ ਬਿਲਕੁਲ ਨੋ ਡਾਊਟ ਹੋ ਸਕਦਾ ਇਸ ਲੈਵਲ ਦੇ ਧੱਕੇਸ਼ਾਹੀ ਘੱਟ ਹੁੰਦੀ ਹੋਵੇ ਲੇਕਿਨ ਜਿਹੜੇ ਉੱਥੇ ਬਾਊਂਸਰ ਜਾਂ ਕੁਛ ਇਹੋ ਜਿਹੇ ਇਹਨਾਂ ਨੇ ਕਰਮਚਾਰੀ ਬਿਠਾਏ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਨੈਗਲੀਜੈਂਸੀ ਹੈ ਨਾ ਲੋਕਾਂ ਦੀ ਹੈਗੀ ਹੈ ਹਾਂ ਬਿਲਕੁਲ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਏ ਬਿਲਕੁਲ ਕੀਤੀ ਜਾਏ ਬਿਲਕੁਲ ਕੀਤੀ ਜਾਏ ਬਿਲਕੁਲ ਕੀਤੀ ਜਾਏ ਅੱਜ ਇਹੀ ਚੀਜ਼ ਨੂੰ ਸੋਚ ਕੇ ਅਸੀਂ ਸੋਚ ਰਹੇ ਹਾਂ ਕਿ ਉਹਨਾਂ ਹਲਕੇ ਦੇ ਬੱਚੇ ਇੱਥੇ ਜੌਬ ਕਰਨ ਠੀਕ ਹੈ ਜੀ ਜਿਹੜੇ ਬੰਦੇ ਬਾਹਰੋਂ ਆ ਕੇ ਗੁੰਡਾਗਰਦੀ ਕਰਦੇ ਹੋਣ ਤਾਂ ਬਚਾਅ ਵਾਸਤੇ ਇੱਕੋ ਇੱਕ ਤਰੀਕਾ ਸਾਡੇ ਕੋਲ ਕਿ ਮੇਰੇ ਡੇਰਾ ਬਸੀ ਹਲਕੇ ਦੇ ਲੋਕ ਇਹਨਾਂ ਕੈਬਨੇ 'ਚ ਬੈਠ ਕੇ ਇਹਨਾਂ ਦੀ ਸੇਵਾ ਕਰਨ ਕਿਉਂਕਿ ਬਾਹਰ ਵਾਲੇ ਬੰਦਿਆਂ ਨੂੰ ਕੀ ਤਰਸ ਹੈ ਲੋਕਲ ਬੰਦੇ ਲੋਕਾਂ ਨੂੰ ਪਛਾਣਦੇ ਵੀ ਹੋਣਗੇ ਮਿਸਬਿਹੇਵ ਵੀ ਨਹੀਂ ਕਰਨਗੇ ਤੁਹਾਡੀ ਕੀ ਪੋਸਟ ਹੈ ਸਰ ਮੈਂ ਮੈਨੇਜਰ ਹਾਂ ਤੇ ਭਾਈ ਸਾਹਿਬ ਤੁਸੀਂ ਆਪਣੇ ਬੌਸ ਨਾਲ ਗੱਲ ਕਰੋ ਵੀਰਨ ਵੀਕ ਕਰਕੇ ਦਿਓ ਹੁਣ ਇਹ ਜੇ ਤੁਸੀਂ ਜੇ ਮੈਮ ਜੇ ਕੰਮ ਨਹੀਂ ਹੋ ਪਾਇਆ ਹਲਕੇ ਚ ਲਾਇਨ ਰੋਡ ਦੀ ਪ੍ਰੋਬਲਮ ਆਣੀ ਹੈ ਜਿਹੜੀ ਚੀਜ਼ ਨੂੰ ਮੈਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗਾ ਕਿਉਂਕਿ ਮੇਰੇ ਹਲਕੇ ਦੇ ਲੋਕ 1.5 ਸਾਲ ਪਹਿਲਾਂ ਪਿੱਛੇ ਪਏ ਆ ਤੇ ਧਰਨੇ ਜਾਮ ਲਾ ਕੇ ਔਰ ਮੈਨੂੰ ਲੱਗਦਾ ਸਿਆਣੇ ਅਫਸਰ ਨੇ ਚੀਜ਼ ਵੱਲ ਧਿਆਨ ਕਰਨਗੇ ਸਰ ਵੀ ਵਿਲ ਰਿਕਮੈਂਡ ਦੀ ਦਿਸ ਕੇਸ ਡੂ ਇਟ ਰੋਡੇਟ ਸਰ ਇਨ ਫੈਕਟ ਇਨ 100 ਦਾ ਮੈਟਰ ਠੀਕ ਸਿਰਫ ਇੱਕ ਵੀਕ ਦੀ ਨਾ ਹਾਂਜੀ ਹਾਂਜੀ ਹਫਤੇ ਦੀ ਵਿੱਚ ਚਲੋ ਕੋਈ ਨਹੀਂ ਇਹਨਾਂ ਨੂੰ ਤੁਸੀਂ ਦੱਸੋ ਸਾਰੇ ਆਪਣੇ ਜਿਹੜੇ ਬੈਠੇ ਸਾਰੇ ਕੋਈ ਗੱਲ ਨਹੀਂ ਕੋਈ ਚੀਜ਼ ਦਾ ਜਿਹੜਾ ਮਸਲਾ ਜੇ ਕਾਨੂੰਨੀ ਤੌਰ ਤੇ ਇਹਨਾਂ ਦੀ ਪ੍ਰੋਬਲਮ ਹੈ ਉਹਦਾ ਮਸਲਾ ਬੈਠ ਕੇ ਹੱਲ ਕਰਾ ਦਿਓ ਕੋਈ ਨਹੀਂ ਇੱਕ ਹਫ਼ਤਾ ਲਿਆ ਜੀ ਇਹਨਾਂ ਨੇ ਤੁਸੀਂ ਮੈਮ ਆਪ ਚੈੱਕ ਕਰੋਗੇ ਇਹਨੂੰ ਹੈ ਵਿਦਨ ਵੀਕ ਉਹ ਤੋਂ ਬਾਅਦ ਇੱਥੇ ਨਾ ਲੋਕ ਜਾਮ ਲਾ ਕੇ ਬੈਠਣ ਤੁਸੀਂ ਸਗੋਂ ਲੋਕਾਂ ਨੂੰ ਆਪਣੇ ਨਾਲ ਮੈਸੇਜ ਕਨਵੇ ਕਰ ਦਿਓ ਕਿ ਤੁਹਾਡਾ ਸੋਲਵ ਹੋ ਗਿਆ ਮੈਂ ਪਰ ਵੀ ਕੇਅਰਫੁਲ ਪਰਦਾ ਅੱਗੇ ਬਹੁਤ ਔਖਾ ਇਹ ਸੰਕਟ ਚੋਂ ਨਿਕਲੇ ਆਪਾਂ ਦੁਬਾਰਾ ਨਾ ਛੇੜੋ ਇੱਥੇ ਕੰਮ ਦੇਖੋ ਇੱਕ ਮਿੰਟ ਜੀ ਆਫੀਸ਼ਲੀ ਤੌਰ ਤੇ ਐਜ਼ ਪਰ ਲਾ ਐਸਡੀਐਮ ਸਾਹਿਬ ਨੂੰ ਭਰੋਸਾ ਇਹਨਾਂ ਨੇ ਦਵਾਇਆ ਐਸਡੀਐਮ ਸਾਹਿਬ ਅਨਾਊਂਸ ਕਰ ਦੇਣਗੇ ਮੈਂ ਤਾਂ ਤੁਹਾਡਾ ਇਹੀ ਹਾਂ ਮੈਨੂੰ ਤਾਂ ਜਿੱਥੇ ਮਰਜ਼ੀ ਬਿਠਾ ਲਿਓ ਤੁਸੀਂ ਤਾਂ ਮਤਲਬ ਅੱਛੇ ਦੇ ਹੋਵੇਂਗੇ ਚਲੋ ਖੈਰ ਨੀ ਹੋ ਨੀਤ ਔਰ ਨੀਤੀ ਠੀਕ ਹੋਣੀ ਚਾਹੀਦੀ ਹੈ ਕੋਈ ਗੱਲ ਨੀ ਆਪਣੇ ਭਾਈਆਂ ਨੂੰ ਵੀ ਕੋਈ ਹਫ਼ਤੇ ਦੱਸ ਦੇਣਾ ਕੋਈ ਫਰਕ ਨੀ ਪੈਂਦਾ ਵਿਦਨ ਵੀਕ ਸਾਰੀਆਂ ਚੀਜ਼ਾਂ ਹੋਣਗੀਆਂ ਇੱਕ ਸਮੱਸਿਆ ਹੋਰ ਇੱਥੇ ਆਉਂਦੀ ਹੈ ਜਦੋਂ ਇੱਕ ਗੱਡੀ ਵਾਲਾ ਇੱਥੋਂ ਨਿਕਲਦਾ ਉਸੇ ਦੀ ਪਰਚੀ ਕਦੇ 40 ਦੀ ਕੱਟ ਦਿੱਤੀ ਜਾਂਦੀ ਹੈ ਤੇ ਸੇਮ ਗੱਡੀ ਵਾਲੇ ਦੀ 80 ਦੀ ਕੱਟ ਜਾਂਦੀ ਹੈ ਬੜੀ ਜ਼ਿਆਦਾ ਨੇਰ ਕਰਦੀ ਹੈ ਇਹ ਜੋ ਸਿਸਟਮ ਇਹਨੂੰ ਬਣਾਓ ਦੇਖੋ ਆਈ ਏਮ ਹੇਅਰ ਐਜ਼ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਕਰਕੇ ਮੈਂ ਏਰੀਆ ਦੀ ਐਸਡੀਐਮ ਹੈਗੀ ਹਾਂ ਇਸ ਕਰਕੇ ਆਈ ਏਮ ਹੇਅਰ ਬਾਕੀ ਜਿਹੜੇ ਨੈਸ਼ਨਲ ਅਥਾਰਟੀਜ਼ ਆ ਵਾਈ ਦਿਸ ਆਰਬਿਟਰੀਨੈਸ ਇੱਕ ਅੱਜ ਕੇਸ ਸੇਮ ਹੋਇਆ ਦੱਸਿਓ ਜਰਾ ਕਿਹੜਾ ਸੀਗਾ ਉਹ ਫਾਸਟ ਟੈਗ ਤੇ ਵੀ ਕਟਾ ਕੇ ਗਿਆ 40 ਰੁਪਏ ਫਿਰਦੇ ਹੋ ਰਿਹਾ ਸਰ ਭਾਈ ਸਾਹਿਬ ਹੋ ਰਿਹਾ ਕੱਲੇ ਬੰਦੇ ਚੈੱਕ ਨਹੀਂ ਕਰ ਉਹ ਕੀ ਹੋਇਆ
अज लाया गया जथेबंद इल्जाम लाया गया की हुण की मैटर की सॉल्व होया जिस मामले देखो ये जिहड़ा टोल प्लाजा है 2005 का बने हुआ उस वेले पॉलिसी जिहड़ी सीगी उह लोकल पॉपुलेशन ध्यान च रख के वह वाला क्लॉज नहीं है जो बाकी टोल प्लाजा च है सो सिंस इट्स अ पॉलिसी मैटर ये एप्रोप्रिएट अथॉरिटी ही टेकअप करना पैना सानू जिदे वास्ते वी नीड रीजनेबल टाइम तो वो असी 7 दिन का समा ले रहे हैं असी जो केस पुटअप करेंगे एडिशनली ये भी लिख देंगे कि दिस हैज लॉ एंड ऑर्डर इंप्लीकेशन ऑलसो इस करके इसको तुरंत इस उत्ते विचार करके कार्रवाई की जाए तो बाकी जो टोल प्लाजा वे तर्ज के उत्ते ही ये जो टोल टैक्स है उसे तर्ज से लिया जाए टोल प्लाजा अधिकारियों गल हुई उन्होंने की आश्वासन दिता जी टोल प्लस देखो एज एज एस डी एम ऑफ द एरिया मेरा काम इतने मॉनिटरिंग का है सो आई हैव स्पोकन टू द ऑफिशियल ऑफ एन एच ए आई तो इन्होंने गल करके असी केस अज तैयार करके इमीजिएटली विल पुट अप द केस तो आई विल बी पर्सनली मॉनिटरिंग मैडम एक गल ध्यान चाहिए कि थोड़ी इतने धक्केशाही भी कर दे बदमाशी वो मेरे ध्यान हूं ही आया आई विल कॉल एन एक्सप्लेनेशन ऑफ द कंसर्न ऑफिसर ऑन दैट हाँ जी की मसला की सी अज मसला सीगा जी पिछले जिदों 12 तरीक तो असं 12 दिसंबर तो इतने आए हैं ना अपना टोल बंद करके असी धरना चुकया सीगा उदों असी मेमोरेंडम दिता सीगा इन्हां नूं भी जिहड़े इलाके की डिमांड है वो 10 किलोमीटर एरिया 12 किलोमीटर एरिया वो पास बनते हैं आधार कार्ड दे इन्हां नूं असी 2 बार मेमोरेंडम दे के पिछे 21 तरीक नूं भी असी मेमोरेंडम दे के गए हैं इन्हां ने 26 तरीक तक का इन्हां नूं टाइम दिता सीगा अज इन्हां ने 26 तरीक तक का मसला हल नहीं करिया ते असी टोल फ्री करता अच्छा जी ते इह हुण अपनी मंग इह है कि 20 किलोमीटर एरिया फ्री किया जाए 20 किलोमीटर नहीं साढ़े ना साडा ब्लॉक है जो तिरछा जहा पै जाता 10-12 पिंड मतलब लंबी लाइन च पै जाती है साड़ी तो यही डिमांड रहेगी कि सारा ब्लॉक जो सा फ्री होना चाहिए अज का जो धरना से सारे किसान जथेबंदियों वालों दो किसान जथेबंदियां आई हैं इतने एक सिद्धू पर दूजी लखोवाल अच्छा जी बाकी किसान जथेबंदियां नहीं आई फिलहाल बाकी जथेबंदियां कोई होर नहीं आई तो हुण की आश्वासन मिले आपां नूं देखो जिहड़ियां गल्लां ये कहिंदे असीं इन्हां दी गल मन ली सी इन्होंने 10 दिन का टाइम मनिया 10 दिन का टाइम दे दिता सीगा पर जिहड़ी हलका डेराबसी की डिमांड मंग है भी अज तो ही आधार कार्ड के आधार से गड्डियां डेराबसी ब्लॉक दियाँ फ्री लंघन चाहिए अच्छा एक तो साड़ी ये डिमांड थी 10 दिन तो बाद जिहड़े पास बनने हैं वो पासा के आधार से अच्छा तो हुण होई गल कोई इस मामले होया कोई अजे गल मतलब चल रही है अजे विचार अधीन है गल जो कोई फैसला निकलूगा वो थोड़ा दस दिता जाऊगा एमएलए साहब ते मैनू असी परसों भी साडी मुलाकात हुई सीगी जो तुसी मेरे दफ्तर च आए सीगे ताडे वालों एक रिप्रेजेंटेशन दिती गई सीगी कि जिहड़ा ये दंपर टोल प्लाजा इहदे विच जिहड़ी बाकी टोल प्लाजा दे मुताबक जिहड़ी पॉलिसी है वो नहीं हैगी है उसका संज्ञान लेंदे हुए ताडी जिहड़ी डिमांड सी दैट वॉज अ जेन्युइन डिमांड बिल्कुल जेन्युइन ताडी डिमांड सीगी पर तुसी मेरे नाल असहमति प्रगट करोगे कि कोई भी इहो जिहा फैसला जिहदे विच वित्ती वित्त इनवॉल्व होवे पैसा इनवॉल्व होवे उसनों पुटअप करन दा एक प्रॉपर चैनल हुंदा ए जिहड़ा टोल प्लाजा 2005 दा बनया होया उस वेले दा जिहड़ा इहदे च एग्रीमेंट होया सीगा उहदे विच जिहड़ा 20 किलोमीटर दा क्लॉज बाकी टोल प्लाजा च हैगा सी इहदे विच नहीं सीगा पर इहदे विच तुसीं मान लो कि इह थाडे ध्यान च लैण तों बाद ध्यान विच आया कि इहदे बाकी टोल प्लाजा दे मुताबक इत्थे चार्जिंग उस तरीके नाल नहीं हुंदी पर इस नूं हुण सोध करन वास्ते सानूं रीजनेबल टाइम चाहिदा मैं नैशनल हाईवे दे जिहड़े ऑफिसर ने इत्थे मिस्टर भावेश जिन्हां दी ड्यूटी लगाई गई है नैशनल हाईवेज वल्लों उन्हां नूं मैं सख्त इंस्ट्रक्शन दित्ती है कि घट तों घट टाइम दे विच जिहड़ा हैगा बाकी टोल प्लाजा दी तर्ज ते जो पॉलिसी हैगी है उसे तर्ज दे उत्ते इधर दा भी चार्जिंग जिहड़ी हैगी लोकल पॉपुलेशन नूं कीती जावे उस दे लई एक रीजनेबल टाइम दी लोड़ है बट मैं थानूं इस गल दा सिर्फ आश्वासन दवा सकदी हां कि जिहड़ा मेरे वल्लों इस दी मॉनिटरिंग होएगी और डेली बेसिस नहीं आर्ली बेसिस ते होएगी तो विद इन अ वीक्स टाइम जिहड़ा हैगा असी इस केस नूं पुट अप करके केस अज ही पुट अप कर देना नाल एडिशनली मैं आप दी रिपोर्ट दवांगी कि इस मसले दा लॉ एंड ऑर्डर इंप्लीकेशन भी हैगी इस करके इस दे उत्ते जल्द तो जल्द फैसला लिया जावे सो ए मैं आप जी नूं जिहड़ी हैगी है इस गल दी मैं थानूं आश्वासन देना चाहनी कि थाडा जिहड़ा रोस है थाडी जिहड़ी जिहड़ा तुसी मुद्दा उठाया है ਉਹ ਮਿਸਪਲੇਸਡ ਨਹੀਂ ਹੈਗਾ ਬਟ ਇਸ ਦੇ ਵਿੱਚ ਚੇਂਜ ਕਰਨ ਦੇ ਵੀ ਇਸ ਨੂੰ ਚੇਂਜ ਕਰਨ ਦੇ ਲਈ ਮੈਂ ਜਿਹੜੀ ਹੈਗੀ ਆ ਤੁਸੀਂ ਕਹਿ ਲਓ ਅਧਿਕਾਰਤ ਨਹੀਂ ਹੈਗੀ ਇਹ ਸੁਜੈਸਟ ਕਰਨ ਵਾਸਤੇ ਇਸ ਨੂੰ ਚੇਂਜ ਕਰਨ ਲਈ ਸਾਨੂੰ ਕੇਸ ਜਿਹੜਾ ਹਾਇਰ ਅਥਾਰਟੀਜ਼ ਨੂੰ ਬਣਾ ਕੇ ਭੇਜਣਾ ਪਏਗਾ ਜਿਸ ਦੇ ਲਈ ਸਾਨੂੰ ਰੀਜ਼ਨੇਬਲ ਟਾਈਮ ਚਾਹੀਦਾ ਜਿਹੜਾ ਕਿ ਮੈਨੂੰ ਆਸ ਹੈ ਕਿ ਤੁਸੀਂ ਬਿਲਕੁਲ ਸਾਨੂੰ ਦਓਗੇ ਵੀ
ਸੋ ਮਾਨਯੋਗ ਐਮਐਲਏ ਸਾਹਿਬ ਆਈ ਵੁੱਡ ਰਿਕੁਐਸਟ ਯੂ ਟੂ ਗਿਵ ਕੰਕਲੂਡਿੰਗ ਰਿਮਾਰਕਸ। ਜਿਵੇਂ ਐਸਡੀਐਮ ਸਾਹਿਬ ਨੇ ਤੁਹਾਨੂੰ ਕਿਹਾ ਇਸ ਫਰਲਾ ਅਸੀਂ ਇਹਨੂੰ ਟੇਕ ਅਪ ਕਰਦੇ ਹਾਂ ਕਿਉਂਕਿ ਮੈਂ ਤੁਹਾਡੇ ਵਿੱਚੋਂ ਹਾਂ। ਮੈਂ ਵੀ ਇੱਕ ਕਿਸਾਨ ਪੁੱਤ ਹਾਂ, ਮੈਂ ਤੁਹਾਡਾ ਦੁੱਖ ਦਰਦ ਜਾਣਦਾ, ਹਲਕੇ ਦਾ ਜਾਣਦਾ। ਅਤੇ ਅੱਜ ਹੁਣ ਜਿਹੜੀ ਅੰਦਰ ਕਾਨੂੰਨੀ ਤੌਰ 'ਤੇ ਜੋ ਅਸੀਂ ਕਰ ਸਕਦੇ ਹਾਂ ਉਹ ਐਸਡੀਐਮ ਮੈਮ ਅਤੇ ਸਾਰਿਆਂ ਨੇ ਡਿਸਕਸ ਕੀਤਾ। ਔਰ ਮੈਂ ਟੋਲ ਪਲਾਜ਼ਾ ਦੇ ਅਧਿਕਾਰੀ ਨੂੰ ਕਹੂੰਗਾ ਵੀ ਛੋਟੇ ਭਾਈ ਇਹ ਮਸਲਾ ਇਕੱਲਾ ਇੱਕ ਦੱਪਰ ਪਿੰਡ ਦਾ ਨਹੀਂ, ਸਾਰੇ ਡੇਰਾਬਸੀ ਹਲਕੇ ਦਾ ਮਸਲਾ, ਇਹਦੇ ਬਾਰੇ ਸੋਚੋ। ਅਤੇ ਝਰਮੜੀ ਬੈਰੀਅਰ ਤੋਂ ਜ਼ੀਰਕਪੁਰ ਤੱਕ ਮੇਰੇ ਹਲਕੇ ਦੇ ਲੋਕ ਫ੍ਰੀ ਹੋਣੇ ਚਾਹੀਦੇ ਆ, ਜੋ ਮੇਰੇ ਮਨ ਨੂੰ ਅੱਛਾ ਲੱਗਦਾ। ਬਾਕੀ ਤੁਸੀਂ ਆਪਣੀ ਹਾਇਰ ਅਥਾਰਟੀ ਨਾਲ ਗੱਲ ਕਰੋ, ਜੇ ਜਾ ਕੇ ਸ਼ੰਭੂ ਦੇਖ ਲਓ ਜੇ ਉੱਥੇ ਕ੍ਰਾਈਟੀਰੀਆ ਕੀ ਹੈ ਤਾਂ ਤੁਸੀਂ ਉਸ ਹਿਸਾਬ ਨਾਲ ਇੰਪਲੀਮੈਂਟ ਇੱਥੇ ਕਰਾਓ। ਬਾਕੀ ਤਾਂ ਮੈਂ ਕਿਸਾਨ ਵੀਰਾਂ ਨੂੰ ਸਾਰੇ ਭਾਈਆਂ ਨੂੰ ਬੇਨਤੀ ਕਰਦਾ ਕਿ ਕੋਈ ਮਸਲਾ ਇਹ ਜਾਂਦਾ ਜਿਹੜਾ ਗੱਲਬਾਤ ਨਾਲ ਹੱਲ ਨਹੀਂ ਹੁੰਦਾ। ਹਾਂ ਮੈਂ ਉਹੀ ਛੋਟੇ ਵੀਰ ਉਹੀ ਗੱਲ ਕਰਦਾ ਛੋਟੇ ਵੀਰ, ਅਸੀਂ ਤੁਹਾਡੇ ਵਿੱਚੋਂ ਹਾਂ। ਛੋਟੇ ਵੀਰ ਗੱਲ ਤਾਂ ਸੁਣੋ, ਜੇ ਨਾ ਪੂਰਾ ਤੁਹਾਡੇ ਵਿੱਚ ਮੈਂ ਬੈਠੂਗਾ, ਹੋਰ ਦੱਸੋ, ਹੋਰ ਇਸ ਤੋਂ ਬਾਅਦ ਕਿਆ ਵਿਸ਼ਵਾਸ ਦਵਾ ਸਕਦੇ ਹਾਂ? ਤੁਹਾਡੇ ਨਾਲ ਮੈਂ ਬੈਠੂਗਾ, ਪੰਜਾਬ ਸਰਕਾਰ ਤੁਹਾਡੀ ਲੜਾਈ ਲੜੂਗੀ। ਹੁਣ ਗੱਲ ਤਾਂ ਸੁਣ ਲਓ ਛੋਟੇ ਭਾਈ, ਮੈਂ ਕਿਹਾ ਸੀ ਲੜਾਈ ਤੁਹਾਡੀ ਲੜਾਂਗੇ, ਮੇਰੀ ਖੁਦ ਆਪਣੀ ਲੜਾਈ ਹੈ, ਚਾਰ ਗੇੜੇ ਤਾਂ ਮੈਂ ਮਾਰਦਾ ਰਹੂ ਜਿੱਥੇ। ਜਿਵੇਂ ਸਰਪੰਚ ਸਾਹਿਬ ਨੇ ਗੱਲ ਕੀਤੀ, ਆਪਾਂ ਮਿਲ ਗਿਲ ਕੇ ਔਰ ਸ਼ਾਂਤੀ ਦੇ ਸ਼ਾਂਤੀ ਬਣਾ ਕੇ ਸਭ ਚੀਜ਼ ਨੂੰ ਹੱਲ ਕਰਾਈਏ। ਮੈਂ ਤਾਂ ਹੁਣ ਬਾਈ ਜੀ ਨੂੰ ਬੇਨਤੀ ਕਰਦਾ, ਜਿਹੜੇ ਅਧਿਕਾਰੀ ਹੈ, ਵੀ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਕਿ ਅਸੀਂ ਵਿਦਨ ਵੀਕ ਤੁਹਾਡਾ ਹੱਲ ਕਰਾ ਕੇ ਦੇਵਾਂਗੇ। ਹਫ਼ਤਾ 10 ਦਿਨ ਲੱਗ ਜਾਣ, ਲੇਕਿਨ ਸਾਨੂੰ ਪੋਜ਼ਿਟਿਵ ਜਵਾਬ ਆਉਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਮਾਨਯੋਗ ਐਮ ਐਲ ਏ ਸਾਹਿਬ, ਐਸ ਡੀ ਐਮ ਸਾਹਿਬ ਅਤੇ ਸਾਰੇ ਮੇਰੇ ਵੀਰ ਸਾਹਿਬਾਨ ਜਿਹੜੇ ਆਏ ਹੋਏ ਨੇ। ਅਤੇ ਮੈਮ ਨੇ ਜਿੱਦਾਂ ਸੁਜੈਸਟ ਕੀਤਾ ਹੈ, ਅਸੀਂ ਤੁਹਾਡਾ ਕੇਸ ਜਿਹੜਾ ਹੈ ਜਲਦੀ ਤੋਂ ਜਲਦੀ ਪ੍ਰੋਸੈਸ ਕਰਵਾਵਾਂਗੇ। ਅਤੇ ਹਾਇਰ ਅਥਾਰਟੀ ਦੇ ਡਿਸੀਜ਼ਨ ਦੇ ਨਾਲ ਹੀ ਇਸ ਨੇ ਹੋਣਾ ਹੈ, ਕਿਉਂਕਿ ਅਸੀਂ ਇੱਥੇ ਬੈਠ ਕੇ ਡਿਸੀਜ਼ਨ ਨਹੀਂ ਲੈ ਸਕਦੇ। ਤਾਂ ਜਲਦੀ ਹੀ ਇਸਦਾ ਹੈਗਾ ਡਿਸੀਜ਼ਨ ਪੋਜ਼ਿਟਿਵ ਵੇਚ ਕਰਵਾ ਕੇ ਅਤੇ ਜੋ ਬੰਦੇ ਰਿਲੀਫ ਹੈ ਉਹ ਸਭ ਨੂੰ ਦਰਵਾਈ ਜਾਏਗੀ। ਜਲਦੀ ਜੁਲਦੀ ਨਹੀਂ ਕਰਨਾ, ਮੇਰੀ ਬੇਨਤੀ ਇਹ ਹੈ ਕਿ ਸਾਡੀ ਕਿਸਾਨ ਜਥੇਬੰਦੀਆਂ ਹੁਣ ਆਪਣੇ ਵਿਚਾਰ ਵੀ ਰੱਖਣਗੇ, ਆਪ ਜੀ ਨੇ ਦੱਸਦੇ ਹੁਣ। ਜਿੱਦਾਂ ਇੱਕ ਹਫ਼ਤੇ ਦਾ ਟਾਈਮ ਦਿੱਤਾ ਹੈਗਾ, ਇੱਕ ਹਫ਼ਤੇ ਵਿੱਚ ਅਸੀਂ ਇਸ ਨੂੰ ਕਰਵਾਉਣ ਦੇ ਕਰਦੇ ਹਾਂ। ਦਿੱਲੀ ਤੋਂ ਆਏ 12 ਤਰੀਕ ਨੂੰ ਅਸੀਂ ਇੱਥੇ ਸਵੇਰੇ ਜਦੋਂ ਆਪਣਾ ਇੱਥੋਂ ਟੈਂਟ ਟੁੰਟ ਸਾਰਾ ਸਮੇਟਿਆ ਉਦੋਂ ਇਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ, ਉਦੋਂ ਤੋਂ ਇਹਨਾਂ ਨੇ ਕਾਰਵਾਈ ਨਹੀਂ ਕਰੀ। 21 ਤਰੀਕ ਨੂੰ ਅਸੀਂ ਦਿੱਲੀ ਆਪਣਾ ਡੇਰਾਬਸੀ SDM ਕੋਰਟ 'ਚ ਧਰਨਾ ਦਿੱਤਾ ਆਪਣਾ, ਉਦੋਂ ਇਸ ਨੂੰ ਮੰਗ ਪੱਤਰ ਦਿੱਤਾ ਇਹਨੂੰ, ਉਦੋਂ ਇਹਨਾਂ ਨੇ ਜਵਾਬ ਦਿੱਤਾ। ਹੁਣ ਇਹ ਫਿਰ ਟਾਲ ਮਟੋਲ ਕਰ ਰਹੇ ਹਾਂ, ਜਦੋਂ ਅਸੀਂ ਪਹਿਲਾਂ ਤੁਹਾਨੂੰ ਕਹਿ ਚੁੱਕੇ ਹਾਂ ਵੀ ਤੁਸੀਂ ਸਾਡਾ ਕੋਈ ਹੱਲ ਕਰੋ। ਕੱਲ੍ਹ ਵੀ ਇਹਨਾਂ ਨੇ ਮੀਟਿੰਗ ਕਰਾਈ ਹੈ ਸਾਡੀ SDM ਸਾਹਿਬ ਨਾਲ, DSP ਸਾਹਿਬ ਨਾਲ। ਕੱਲ੍ਹ ਵੀ ਅਸੀਂ ਵੀ ਜੇ ਤੁਸੀਂ ਜਵਾਬਦਾਰ ਕੋਈ ਬੰਦਾ ਜਵਾਬਦਾਰ ਆਵੇ, ਜੇ ਇਹਦੀ ਕੋਈ ਜਵਾਬਦਾਰੀ ਨਹੀਂ ਉਹ ਨਾ ਬੰਦਾ ਆਵੇ ਵੀ ਸਿੱਧਾ ਧਰਨਾ ਨੂੰ ਇੱਥੇ ਸਮੇਂ ਲਾਉਣਾ। ਬਾਕੀ ਗੱਲ ਇਹ ਹੈ ਵੀ ਮੈਂ ਮੇਰੇ ਪਿੱਛੇ ਸਾਰੀ ਪਬਲਿਕ ਖੜੀ ਹੈ, ਹੁਣ ਮੈਂ ਇਹਨਾਂ ਦੀ ਸਲਾਹ ਤੋਂ ਬਿਨਾਂ ਕੋਈ ਫੈਸਲਾ ਨਹੀਂ ਲੈ ਸਕਦਾ, ਮੇਰੀ ਬੇਨਤੀ ਹੈ, ਕਿਉਂਕਿ ਮੈਨੂੰ ਇਹਨਾਂ ਦੀ ਲੋੜ ਹੈ, ਇਹਨਾਂ ਤੋਂ ਬਿਨਾਂ ਮੈਂ ਕੁਛ ਨਹੀਂ ਹੈਗਾ। ਮੈਨੂੰ ਮੇਰੇ ਕਿਸਾਨਾਂ ਦੀ ਲੋੜ ਹੈ, ਮਜ਼ਦੂਰਾਂ ਦੀ ਲੋੜ ਹੈ, ਜਿਹੜੇ ਮੇਰੇ ਪਿੱਛੇ ਖੜੇ ਹੈ, ਮੇਰੇ ਇੱਕ ਸੱਦੇ 'ਤੇ ਆਏ ਹੈ, ਮੈਂ ਉਹਨਾਂ ਨਾਲ ਐਗਰੀਮੈਂਟ ਕਰਕੇ ਜਿਸ ਤਰ੍ਹਾਂ ਵੀ ਮੇਰੀ ਹੋ ਗਈ ਉਹ ਤੋਂ ਗੱਲ ਹੋ ਤੋਂ 10 ਮਿੰਟ ਸੀ ਸਾਨੂੰ। ਮੇਰੇ ਨਾਲ ਬਚਪਨ ਦੀ ਸਾਂਝ ਹੈ, ਕਿਸੇ ਨਾਲ ਮੇਰੇ ਬਾਪੂ ਦੀ ਸਾਂਝ ਹੈ। ਰਾਜਨੀਤਿਕ ਬਖਰੇਵੇਂ ਹੋ ਸਕਦੇ ਆ, ਰਾਜਨੀਤਿਕ ਦੂਰੀਆਂ ਹੋ ਸਕਦੀਆਂ, ਪਰਿਵਾਰਕ ਅਸੀਂ ਸਾਰੇ ਨੇੜੇ ਹਾਂ। ਕੁਲਜੀਤ ਰੰਧਾਵਾ ਆ ਕੇ ਆਮ ਆਦਮੀ ਪਾਰਟੀ ਦਾ ਆਗੂ ਬਣ ਕੇ ਨਹੀਂ ਆਇਆ, ਇਹਨਾਂ ਦਾ ਭਾਈ ਬਣ ਕੇ ਆਇਆ। ਜਦ ਮੈਨੂੰ ਪਤਾ ਲੱਗਾ ਕਿ ਮੇਰੇ ਭਾਈ ਉੱਤੇ ਬੈਠੇ ਆ ਤਾਂ ਮੇਰਾ ਹੱਕ ਬਣਦਾ ਸੀਗਾ ਹਰ ਕਾ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਆਪਣੇ ਭਾਈਆਂ ਨੂੰ ਜਾ ਕੇ ਮੁਸ਼ਕਲਾਂ ਦੇ। ਇੱਥੇ ਛੋਟੇ ਵੀਰ ਜਿਹੜੀ ਇੱਥੇ ਟੋਲ ਪਲਾਜ਼ੇ 'ਤੇ ਨਜਾਇਜ਼ ਪਰਚੀ ਅਰਧ 10-20 ਕਿਲੋਮੀਟਰ ਦਾ ਜਿਹੜਾ ਏਰੀਆ ਸਾਡੇ ਸਾਰੇ ਲੋਕ ਮੰਗਦੇ ਆ, ਉਹਦੇ ਲਈ SDM ਸਾਹਿਬ ਗੱਲ ਕਰਦੇ ਕੀ ਕਰਦੇ ਆ। ਜੇ ਇਸ ਲੈਵਲ 'ਤੇ ਇਹਨਾਂ ਨੇ ਹੱਲ ਕਰ ਲਿਆ ਤਾਂ ਠੀਕ ਹੈ, ਜੇ ਮੋਦੀ ਦੀ ਲੋੜ ਕੋਈ ਮੋਦੀ ਦੇ ਗੱਲ ਕੋਈ ਕਰ ਦੇਵਾਂਗੇ ਜਾ ਕੇ। ਬਾਕੀ ਰਹੀ ਮੇਰੀ ਗੱਲ, ਮੇਰਾ ਨੂੰ CM ਭਗਵੰਤ ਮਾਨ ਹੈ, ਮੈਂ ਇਸ ਵਕਤ ਨੂੰ ਨਾਲ ਲੈ ਕੇ ਜਿਹੜੇ ਲੋਕਾਂ ਨੇ ਸਾਰੇ ਮੰਗ ਚੁੱਕੀ ਲੈ ਕੇ CM ਨਾਲ ਮੀਟਿੰਗ ਕਰਾ ਕੇ ਤਾਂ ਮਸਲਾ ਹੱਲ ਕਰਾਊਂਗਾ, ਜੋ ਮੇਰੇ ਹੱਕ 'ਚ ਹੱਥ 'ਚ ਮੈਂ ਕਰ ਸਕਦਾ। ਇਹ ਛੋਟੇ ਵੀਰ ਇਹ ਟੋਲ ਪਲਾਜ਼ਾ ਮੋਦੀ ਦਾ, ਇਹ ਪੰਜਾਬ ਸਰਕਾਰ ਦਾ ਨਹੀਂ, ਇਹਦੀ ਜਿੰਨੀ ਵੀ ਕਲੈਕਸ਼ਨ ਹੈ ਇਹ ਸੈਂਟਰਲ ਸਾਰਾ ਸਿਸਟਮ ਫਿਕਸ ਹੈ, ਪੰਜਾਬ ਸਰਕਾਰ ਦੋਸ਼ੀ ਨਹੀਂ ਇਹਦਾ। ਲੇਕਿਨ ਪੰਜਾਬ ਸਰਕਾਰ ਆਪਣੇ ਨੂੰ ਆਪਣੇ ਯੋਧਿਆਂ ਵਾਸਤੇ, ਆਪਣੇ ਹਲਕੇ ਦੇ ਲੋਕਾਂ ਵਾਸਤੇ ਅਸੀਂ ਲੜਾਈ ਲੜ ਕੇ ਇਹਦੀ ਸਹਾਇਤਾ ਕਰਦੇ ਹਾਂ। ਦੇਖੋ ਜੀ, ਮੋਦੀ ਨੂੰ ਆਪੇ ਪਤਾ ਲੱਗ ਜੂਗਾ,
भी ये चोका वो है जरा गंदा खून चूसती है भी तेरा गंदा खून किसानों ने डेढ़ साल चूस के ना आप पंजाब नो आजाद कराया हिंदुस्तान आजाद कराया ये किसान वो जमात है ये जी जमात है करामात है अज पंजाबियों के जोड़ा जनून है किसान लड़ाई जितने बाद सारे जोशो खरोश के नाल बहुत छोटे छोटे मसले है ये हल्का लैवल से पंजाब लैवल से हल हो सकते हैं असं अपने को मैमोरेंडम देवे अपनी मंग देवे मुख्यमंत्री तक मुख्यमंत्री करेगा मोदी नाल गल और नजाद जरा जानम वाला टैक्स है ये तो छुटकारा देना हूँ एस डी एम साहब अंदर गए है और दूजी तो मैं अपने हल्के वाले भी बेनती करके विश्वास दवाना कि ठीक है आ मुंडे कहते जी हिमाचल तो नौकरी करते हुए टोल प्लाजे के कहते बाउंसर बूंसर जो की होंगे रखे हुए इतने डेरा बजे बाउंसर घट है इतने के मुंडिया में नौकरी लवाने वे इन्हों का एम डी है जो मालिक है जो सारा इनका गोलमाल चला कहे भाई बहुत हो गया हूँ आम लोगों की सरकार है साढ़े मुंडिया लगा ताकि पछाण गए साढ़े हल्के लोग देखो जी मिसबिहेव तो कर नहीं रहा मेरे वाले भी कभी कभी कर जाने मैं तो कहूँगा नौकरियां तुम्हें मिल जाने आप मिसबिहेव नहीं आप नौकरियां लेनी है जब आप नौकरी करनी ना नखरा कहता मेरे तो बंदे अगर बेरोजगार तुरे फिर देखो कि जॉब क्रिएट होंगे बजट बारे तो विधानसभा ही गल करा या डेरा बंदोबस्त करा अच्छा मसला टोल प्लाजे की गल करें।